ਹਾਂਜੀ ਵੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਭ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਕਰਨ ਸੇਠੀ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਹਾਜ਼ਰ ਹਾਂ ਜੀ ਅੱਜ ਦਾ ਵਲੌਗ ਜਿਹੜਾ ਆ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲੇ ਹਾਂ ਜੀ ਸਾਊਥਵਾਰਡ ਕਾਰ ਮਿਊਜ਼ੀਅਮ ਜੋ ਕਿ ਵਲਿੰਗਟਨ ਤੋਂ 60 ਕਿਲੋਮੀਟਰ ਸਾਈਡ 'ਤੇ ਪੈਰਾਪਰ ਅਮਾਊਂਟ ਦੇ ਵਿੱਚ ਪੈਂਦਾ ਕਾਰ ਕਲੈਕਸ਼ਨ ਬਹੁਤ ਜ਼ਿਆਦਾ ਆ ਔਰ ਮੈਂ ਇਸ ਮਿਊਜ਼ੀਅਮ ਬਾਰੇ ਜਿਹੜਾ ਆ ਹੁਣ ਤੱਕ ਨੈੱਟ 'ਤੇ ਦੇਖਿਆ ਸੀਗਾ ਗੂਗਲ 'ਤੇ ਐਂਡ ਯੂਟਿਊਬ 'ਤੇ ਕੁਝ ਵੀਡੀਓਜ਼ ਦੇਖੀਆਂ ਸੀਗੀਆਂ ਅਤੇ ਉੱਥੇ ਪੜ੍ਹਿਆ ਸੀਗਾ ਵੀ ਬਹੁਤ ਸੋਹਣਾ ਮਿਊਜ਼ੀਅਮ ਔਰ ਉਹ ਦੇਖਦੇ ਹਾਂ ਜੀ ਉੱਥੇ ਚੱਲ ਕੇ ਕਿ ਕੀ ਆਪਾਂ ਨੂੰ ਦੇਖਣ ਨੂੰ ਗੱਡੀਆਂ ਦੇ ਵਿੱਚ ਮਿਲਦਾ ਆ ਔਰ ਕਿਹੜੀਆਂ ਕਲੈਕਸ਼ਨਸ ਉੱਥੇ ਪਈਆਂ ਆ ਸੋ ਅੱਜ ਦੇ ਵਲੌਗ ਦੇ ਵਿੱਚ ਜੁੜੇ ਰਹੋ ਅਤੇ ਚੱਲਦੇ ਹਾਂ ਜੀ ਆਪਾਂ ਸਾਊਥਵਾਰਡ ਕਾਰ ਮਿਊਜ਼ੀਅਮ ਜਿਹੜਾ ਜੀ ਬਾਹਰੋਂ ਆਉਂਦਾ ਰਸਤਾ ਆ ਅਤੇ ਇਹ ਹੈਗਾ ਆ ਜੀ ਮਿਊਜ਼ੀਅਮ ਆਪਾਂ ਚੱਲਦੇ ਹਾਂ ਜੀ ਅੰਦਰ ਅਤੇ ਚੱਲ ਕੇ ਦੇਖਦੇ ਹਾਂ ਵੀ ਕੀ ਆ ਅੰਦਰ ਅਤੇ ਕਿਵੇਂ ਦਾ ਆ ਚਲੋ ਸੋ ਮਾਸਕ ਲਿਆ ਜੀ ਅਸੀਂ ਪਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਤਾਂ ਮੈਂਡੇਟਰੀ ਆ ਇੱਥੇ ਅਤੇ $20 ਪਰ ਪਰਸਨ ਜਿਹੜੀ ਆ ਜੀ ਇੱਥੇ ਪ੍ਰਾਈਜ਼ ਆ ਟਿਕਟ ਦਾ ਅਤੇ ਖੈਰ ਆਪਾਂ ਅੱਗੇ ਹੁਣ ਵੱਧਦੇ ਹਾਂ ਜੀ ਅਤੇ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਹਾਂ ਸੋ ਇਹ ਦੇਖੋ ਜੀ ਕਾਰ ਕੁਲੈਕਸ਼ਨਸ ਤੁਸੀਂ ਦੇਖ ਸਕਦੇ ਹੋ ਵੀ ਕਿੱਥੋਂ ਤੱਕ ਜਿਹੜਾ ਆ ਜੀ ਇਹ ਗੱਡੀਆਂ ਸਾਰੀਆਂ ਫੈਲੀਆਂ ਪਈਆਂ ਔਰ ਕਾਫੀ ਗੱਡੀਆਂ ਜਿਹੜੀਆਂ ਇੱਥੇ ਮਿਊਜ਼ੀਅਮ ਦੇ ਵਿੱਚ ਲੱਗੀਆਂ ਹੋਈਆਂ ਹੁਣ ਆਪਾਂ ਇਹਨਾਂ ਬਾਰੇ ਦੇਖਣਾ ਸ਼ੁਰੂ ਕਰਦੇ ਹਾਂ ਸੋ ਇਹ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੀ ਲੀਆ ਫਰਾਂਸਿਸ ਦੀ ਜਿਹੜੀ ਆ ਪਤਾ ਨਹੀਂ ਗੱਡੀ ਆ ਇਹ ਅਤੇ ਹਾਈਪਰ ਸਪੋਰਟ ਆ ਜੀ 1928 ਜਿਹੜਾ ਇਹ ਮਾਡਲ ਆ ਸੋ ਇਹ ਕੁਛ ਇਸ ਤਰ੍ਹਾਂ ਦਾ ਹੈ ਬਾਕੀ ਆਪਾਂ ਇਹਨਾਂ ਨੂੰ ਟੱਚ ਨਹੀਂ ਕਰ ਸਕਦੇ ਔਰ ਨਾ ਹੀ ਅੰਦਰ ਬੈਠ ਕੇ ਦੇਖ ਸਕਦੇ ਆਹ ਦੇਖੋ ਜੀ ਆਹ ਤੁਸੀਂ ਦੇਖ ਸਕਦੇ ਹੋ ਵੀ ਮੋਟਰਸਾਈਕਲ ਪੁਰਾਣੇ ਟਾਈਮ ਦਾ ਜਿਹੜਾ ਗੋਰਿਆਂ ਦੇ ਸਮੇਂ ਦਾ ਜਿਹੜਾ ਮੋਟਰਸਾਈਕਲ ਆ ਜੀ ਉਹ ਇਹ ਹੈਗਾ ਆ ਅਤੇ ਦੇਖ ਸਕਦੇ ਹੋ ਬਣਾਇਆ ਸਾਈਕਲ ਵਾਂਗ ਆ ਬਟ ਇਹਦੇ 'ਚ ਇੰਜਨ ਲੱਗਾ ਇਹ ਗੇਅਰ ਲੱਗਾ ਹੋਇਆ ਇਹਦੇ ਅਤੇ ਬਾਕੀ ਕਾਫੀ ਸਾਰੇ ਇਹਦੇ ਜੁਗਾੜ ਜਿਹੇ ਲੱਗੇ ਹੋਣੇ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਨੌਲੇਜ ਨਹੀਂ ਆ ਅਤੇ ਇੱਧਰ ਬਾਕੀ ਉਹੀ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਗੱਡੀਆਂ ਦੀ ਆਹ ਫੋਰਡ ਦੀ ਗੱਡੀ ਲੱਗੀ ਆ ਜੀ ਫੋਰਡ ਦੀ ਆ ਅਤੇ 1915 ਮਾਡਲ ਆ ਅਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਤਕਰੀਬਨ ਜਿੰਨੀਆਂ ਵੀ ਸਾਰੀਆਂ ਖੜੀਆਂ ਇਹ ਸਾਰੀਆਂ ਸੇਮ ਸ਼ੇਪ ਦੀਆਂ ਉਸ ਟਾਈਮ 'ਤੇ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਅਸੀਂ ਪੁਰਾਣੀਆਂ ਫਿਲਮਾਂ ਕੋਈ ਤੁਸੀਂ ਦੇਖੋਗੇ ਉਹਨਾਂ ਵਿੱਚ ਇਹ ਗੱਡੀਆਂ ਜਿਹੜੀਆਂ ਆ ਆਮ ਤੌਰ 'ਤੇ ਹੁੰਦੀਆਂ ਔਰ ਇਹ ਇੱਕ ਤਰ੍ਹਾਂ ਦੀ ਮਤਲਬ ਕਹਿ ਲਓ ਵੀ ਸਾਰੀ ਪੁਰਾਣੀ ਕਾਫੀ ਜ਼ਿਆਦਾ ਜੰਗਾਲੀ ਹੋਈ ਆ ਔਰ ਕਿਹੜਾ ਇਹ ਵੀ 1915 ਮਾਡਲ ਹੀ ਆ ਬਟ ਇਹ ਰੀਸਟੋਰ ਨਹੀਂ ਹੋਈ ਪਈ ਇਹ ਐਜ਼ ਇਟ ਇਜ਼ ਇਸੇ ਤਰ੍ਹਾਂ ਹੀ ਆ ਸੋ ਇਹ ਜਿੰਨੀਆਂ ਵੀ ਖੜੀਆਂ ਇੱਥੇ ਗੱਡੀਆਂ ਵਿੰਟੇਜ ਇਹ ਸਭ ਇਸੇ ਤਰ੍ਹਾਂ ਦੀਆਂ ਹੀ ਆ ਜਿੰਨੀਆਂ ਵੀ ਤੁਸੀਂ ਦੇਖ ਸਕਦੇ ਹੋ ਸੋ ਡਿਫਰੈਂਟ ਡਿਫਰੈਂਟ ਇਹਨਾਂ ਦੇ ਵਿੱਚ ਮਾਡਲਸ ਆ ਅਗਰ ਅਸੀਂ ਗੱਲ ਕਰੀਏ ਤਾਂ ਕੋਈ 1930 ਆ ਕੋਈ 1915 ਆ ਹਰ ਇੱਕ ਡਿਫਰੈਂਟ ਟਾਈਪ ਦੀ ਜਿਹੜੀ ਗੱਡੀ ਆ ਔਰ ਲੁੱਕ ਜਿਹੜੀਆਂ ਪੁਰਾਣੇ ਸਮੇਂ 'ਚ ਜਿੱਦਾਂ ਦੀਆਂ ਗੱਡੀਆਂ ਦੀ ਆਉਂਦੀਆਂ ਸੀਗੀਆਂ ਇਹ ਉਸ ਤਰ੍ਹਾਂ ਦੀਆਂ ਹੀ ਆ ਸਾਰੀਆਂ ਅੱਗੇ ਵੀ ਚੱਲਦੇ ਹਾਂ ਇੱਕ ਚੀਜ਼ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਦੇਖਣ ਨੂੰ ਐਂ ਲੱਗਦੀ ਵੀ ਜਿਵੇਂ ਇਹ ਗੋਲਡ ਦੀ ਹੋਵੇ ਪਰ ਸ਼ਾਇਦ ਇੱਥੇ ਦੇਖਦੇ ਆਪਾਂ ਸੋ ਕੂਪਰ ਕਾਰ ਲਿਖਿਆ ਜੀ 1920 ਮਾਡਲ ਆ ਡੋਜ ਬ੍ਰਦਰਸ ਕੰਪਨੀ ਦੇ ਨਾਮ ਤੋਂ ਇਹ ਜਿਹੜੀ ਮੈਨੂਫੈਕਚਰ ਗੱਡੀ ਦੀ ਕੀਤੀ ਸੀਗੀ ਔਰ ਉਸ ਟਾਈਮ 'ਤੇ ਜਿਹੜੇ ਇਹਨਾਂ ਦੇ CC ਆਉਂਦੇ ਸੀਗੇ 347 CC ਔਰ 4 ਸਿਲੰਡਰ ਇੰਜਨ ਹੈ ਜਿਹੜੀ ਗੱਡੀ ਉਸ ਟਾਈਮ 'ਤੇ ਜਿਹੜੀ ਇਹ ਆਉਂਦੀ ਸੀਗੀ ਇੰਜਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਔਰ 4 ਸਿਲੰਡਰ ਉਸ ਟਾਈਮ 'ਤੇ ਆਉਂਦੇ ਸੀਗੇ ਅਤੇ ਕਾਫੀ ਪਾਵਰਫੁਲ ਗੱਡੀਆਂ ਸੀ ਉਸ ਟਾਈਮ 'ਤੇ ਵੀ ਸੋ ਅੱਗੇ ਜਿੱਦਾਂ ਹੁਣ ਆਪਾਂ ਨਿਕਲ ਆਏ ਹਾਂ ਅਤੇ ਇੱਥੇ ਆ ਕੇ ਦੇਖਿਆ ਵੀ ਥੋੜ੍ਹੀਆਂ ਜਿਹੀਆਂ ਡਿਫਰੈਂਟ ਥੋੜ੍ਹੀਆਂ ਸ਼ੇਪ ਜਿੱਦਾਂ ਜਿੱਦਾਂ ਮਤਲਬ ਟਾਈਮ ਦੇ ਅਕੋਰਡਿੰਗ ਆਪਾਂ ਅੱਗੇ ਅੱਗੇ ਚੱਲੀ ਜਾ ਰਹੇ ਹਾਂ ਉਸ ਤਰ੍ਹਾਂ ਹੀ ਜਿਹੜੀਆਂ ਗੱਡੀਆਂ ਆ ਉਹਨਾਂ ਦੀ ਸ਼ੇਪ ਨਵੇਂ ਮਾਡਲ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਜਿਵੇਂ ਕਿ ਆਪਾਂ ਅੱਗੇ ਆ ਗਏ ਹਾਂ ਆਪਾਂ ਆ ਗਏ ਹਾਂ ਜੀ 1939 ਦੇ ਵਿੱਚ ਜਿੱਥੇ ਕਿ ਗੱਡੀਆਂ ਦੀ ਸ਼ੇਪ ਜਿਹੜੀ ਕੁਛ ਇਸ ਤਰ੍ਹਾਂ ਦੀ ਆਉਣੀ ਸ਼ੁਰੂ ਹੋ ਗਈ ਸੀਗੀ ਜੋ ਤੁਸੀਂ ਉਹ ਪਿੱਛੇ ਦੇਖੀਆਂ ਗੱਡੀਆਂ ਉਹ 1915 1920 ਉੱਥੋਂ ਤੱਕ ਦੀਆਂ ਸੀਗੀਆਂ ਗੱਡੀਆਂ ਹੁਣ ਅੱਗੇ ਆਪਾਂ ਆ ਗਏ ਹਾਂ ਅਤੇ ਇਹ ਸਾਰੀਆਂ ਆ ਗਈਆਂ ਜੀ 1940 1939 ਸੋ ਇਹ ਉਸ ਟਾਈਮ ਦੀਆਂ ਗੱਡੀਆਂ ਜਿਹੜੀਆਂ ਸਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਉਦੋਂ ਇਹ ਸ਼ੇਪ ਸਟਾਰਟ ਹੋ ਚੁੱਕੀ ਸੀਗੀ ਜਿਵੇਂ ਇਹ ਸਾਰੀਆਂ US ਮੇਡ ਹੀ ਆ ਸਾਰੀਆਂ 1939 ਆ ਔਰ ਇਹ ਸਾਰੀਆਂ ਜਿਹੜੀਆਂ 3500 CC ਤੋਂ ਲੈ ਕੇ ਮਤਲਬ 3500 ਤੋਂ ਲੈ ਕੇ 4000 CC ਤੱਕ ਦੀਆਂ ਗੱਡੀਆਂ ਸਾਰੀਆਂ ਇਹ ਸੋ ਬਹੁਤ ਹੀ ਤੁਸੀਂ ਇਹਨਾਂ ਦੇ ਬੋਨਟ ਤੋਂ ਹੀ ਇਹਨਾਂ ਦੀ ਜਿਹੜੀ ਆ ਇੰਜਨ ਦੇ ਸਾਈਜ਼ ਦੀ ਜਿਹੜੀ ਆ ਉਹ ਅੰਦਾਜ਼ਾ ਲਗਾ ਕੇ ਦੇਖ ਸਕਦੇ ਹੋ ਵੀ ਕਿੰਨੇ ਇਹਨਾਂ ਦੇ ਤਗੜੇ ਇੰਜਨ ਉਸ ਟਾਈਮ 'ਤੇ ਆਉਂਦੇ ਸੀਗੇ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਇਹ ਗੱਡੀ ਜਿਹੜੀ 1914 ਮਾਡਲ ਆ ਜੀ ਜਨਰਲ ਮੋਟਰ ਵੱਲੋਂ ਮੈਨੂਫੈਕਚਰ ਕੀਤੀ ਗਈ ਸੀਗੀ ਔਰ ਜਿਹੜੀ ਇਹ 4100 ਮਤਲਬ 4400 CC ਜਿਹੜੀ ਆ ਜੀ 8 ਸਿਲੰਡਰ ਜਿਹੜੀ ਇਹ ਗੱਡੀ ਔਰ ਸਿਰਫ ਹੀ 3 ਮੈਨੂਅਲ ਜਿਹੜੇ ਇਹਦੇ ਗੇਅਰ ਸੀਗੇ ਉਸ ਟਾਈਮ 'ਤੇ ਸਿਰਫ 3 ਗੇਅਰ
ਐਂਡ 4400 cc 4100 cc ਜਿਹੜੀ ਇਹ ਗੱਡੀ ਸੀਗੀ। ਸੋ ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਡੀਆਂ ਜਿਹੜੀਆਂ ਤੁਸੀਂ ਇਸ ਟਾਈਮ ਇਸ ਲਾਈਨ ਦੇ ਵਿੱਚ ਦੇਖੀਆਂ, ਅਤੇ ਕੁਛ ਇੱਧਰਲੀ ਸਾਈਡ 'ਤੇ ਆਪਾਂ ਦੇਖੀਏ ਤਾਂ ਇਹ ਸਾਰੇ ਜਿਹੜੇ ਆ ਮਤਲਬ ਕਹਿ ਲਓ ਵੀ ਜਿਹੜੇ ਆਪਣੇ ਹੱਥੀਂ ਜਿਹੜੇ ਮੋਡੀਫਾਈ ਕੀਤੇ ਜਿਹੜੀਆਂ ਚੀਜ਼ਾਂ ਲੋਕਾਂ ਨੇ, ਹੈ ਨਾ, ਕੁਛ ਉਹ ਵੀ ਇਸ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਅਗਰ ਇੱਧਰ ਧਿਆਨ ਦੇਵੋ ਤੁਸੀਂ ਤਾਂ ਇਹ ਜਹਾਜ਼ ਜਿਹੜਾ ਸਭ ਤੋਂ ਪੁਰਾਣੇ ਟਾਈਮ 'ਤੇ ਜਿਹੜੇ ਸਟਾਰਟਿੰਗ 'ਚ ਜਿਹੜੇ ਜਹਾਜ਼ ਬਣਾਏ ਸੀਗੇ ਉਸ ਟਾਈਮ 'ਤੇ, ਮਤਲਬ ਇਸ ਮਿਊਜ਼ੀਅਮ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਕਾਫੀ ਜਿਹੜੀਆਂ ਆ ਜੀ ਪੁਰਾਣੇ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਕਿੱਥੋਂ ਸਟਾਰਟ ਹੋਈਆਂ ਸੀਗੀਆਂ, ਕਿਸ ਸ਼ੇਪ ਤੋਂ ਸਟਾਰਟ ਹੋਈਆਂ ਸੀਗੀਆਂ, ਉਹ ਸਭ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਥੇ ਉਹ ਨਜ਼ਰ ਆਉਣਗੀਆਂ। ਸੋ ਹੁਣ ਜਿਹੜੀ ਲਾਈਨ 'ਚ ਤੁਹਾਨੂੰ ਆਪਾਂ ਗੱਡੀਆਂ ਦਿਖਾਉਣ ਜਾ ਰਹੇ ਹਾਂ, ਇਹ ਸਾਰੀਆਂ ਆਪਾਂ ਚੱਲ ਜਾਣਾ ਜੀ 18th century ਦੇ ਵਿੱਚ, ਮਤਲਬ ਕਿ 1850 1860 ਹੁਣ ਤੱਕ ਤਾਂ ਜਿਹੜੀਆਂ ਤੁਸੀਂ ਗੱਡੀਆਂ ਇਹ ਸਾਰੀਆਂ 1900 ਕੁਛ, ਕੋਈ 1940 ਸੀਗੀ, ਕੋਈ 1930 ਸੀਗੀ, 1935 ਸੀਗੀ। ਸੋ ਇੱਧਰ ਵਾਲੀਆਂ ਹੁਣ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਗੱਡੀਆਂ, ਟੋਟਲ ਜਿਵੇਂ ਇੱਕ ਤਰ੍ਹਾਂ ਦਾ ਕਹਿ ਲਓ ਵੀ ਆਪਣੇ ਰਕਸ਼ਾ ਹੁੰਦਾ ਉਸ ਤਰ੍ਹਾਂ ਹੀ ਗੱਡੀਆਂ ਹੈ। 1897 ਇਸ ਗੱਡੀ ਦਾ ਨਾਮ ਹੈ ਜੀ ਲਕਸ, ਲਕਸ ਦਾ ਵੈਸੇ ਸਾਬਣ ਆਉਂਦਾ। ਸੋ 1580 cc ਇਹਦਾ ਇੰਜਣ ਹੈ, 2 ਸਿਲੰਡਰ ਐਂਡ 2 ਗੇਅਰ ਆ ਸਿਰਫ ਇਹਦੇ, 2 2 ਸਪੀਡ ਗੇਅਰ ਬੋਕਸ ਆ, ਅਤੇ ਇਹ ਗੱਡੀ ਦਾ 9 ਰਿਵਰਸ ਆ, ਤੁਸੀਂ ਪੜ੍ਹ ਸਕਦੇ ਹੋ ਕਿ ਮਤਲਬ ਕਿ ਇਹਦੇ 'ਚ ਜਿਹੜੀ ਉਸ ਟਾਈਮ 'ਤੇ ਬੈਕ ਦੀ ਆਪਸ਼ਨ ਨਹੀਂ ਸੀ ਆਉਂਦੀ, ਸਿਰਫ ਸਟੇਟ ਸਿੱਧੇ ਜਾਓ। ਸੋ ਇੱਥੋਂ ਵੀ ਤੁਸੀਂ ਸ਼ੁਰੂ ਹੋ ਜਾਓ ਐਂਡ ਇਹ ਹੈਗੀ ਹੈ ਜੀ 1897 ਤੋਂ। ਸੋ ਅੱਗੇ ਅੱਗੇ ਆਪਾਂ ਵੱਧਦੇ ਚੱਲਦੇ ਹਾਂ। ਜਿੱਦਾਂ ਜਿੱਦਾਂ ਆਪਾਂ ਅੱਗੇ ਜਾਈ ਜਾ ਰਹੇ ਹਾਂ ਉਸੇ ਤਰ੍ਹਾਂ ਹੀ ਜਿਹੜੀ ਆ ਉਸ ਸੈਂਚੁਰੀ ਦੀਆਂ ਜਿਹੜੀਆਂ ਗੱਡੀਆਂ ਆ ਉਹ ਨਵੀਆਂ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ। ਸੋ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ 1912 ਦੇ ਵਿੱਚ ਆਹ ਸ਼ੇਪ ਆਉਂਦੀ ਸੀਗੀ। ਸੋ ਹੀ ਜ਼ਿਆਦਾ ਜਿਹੜੀ ਆ ਵਿੰਟੇਜ ਕੁਲੈਕਸ਼ਨ ਇਸ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ, ਵੀ ਹੋਰ ਵੀ ਬਹੁਤ ਕੁਲੈਕਸ਼ਨਸ ਆ। ਸੋ ਮੈਂ ਇੱਕ ਇੱਕ ਕਰਕੇ ਤੁਹਾਨੂੰ ਕੋਈ ਕਾਰ ਦਿਖਾ ਨਹੀਂ ਸਕਦਾ, ਉਹਦਾ ਰੀਜ਼ਨ ਇਹ ਆ ਵੀ ਬਹੁਤ ਸਾਰੀਆਂ ਗੱਡੀਆਂ ਨੇ। ਅਗਰ ਤੁਹਾਨੂੰ ਮੈਂ ਇੱਕ ਇੱਕ ਕਰਕੇ ਦਿਖਾਉਣੀ ਸ਼ੁਰੂ ਕੀਤੀ ਤਾਂ ਬਹੁਤ ਵੱਡਾ ਵਲੋਗ ਬਣ ਜੂਗਾ, ਬਟ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਵੀ ਮੈਂ ਜਿੰਨੇ ਕਵਰ ਕਰ ਸਕਾਂ ਮੈਂ ਉਨੇ ਤੁਹਾਨੂੰ ਜਿਹੜੇ ਆ ਇਹਦੇ ਮਤਲਬ ਜਿੰਨੀਆਂ ਗੱਡੀਆਂ ਸਾਰੀਆਂ ਦਿਖਾਵਾਂ ਇੱਕ ਵਾਰੀ। ਸੋ ਅੱਗੇ ਵੱਧਦੇ ਹਾਂ ਜੀ, ਉੱਪਰ ਜਹਾਜ਼ ਆ, ਨੀਚੇ ਇੰਜਣ ਰੱਖਿਆ ਉਹਦਾ। ਸੋ ਇੱਧਰ ਆ ਗਏ ਜੀ ਇਹ ਬੁਲਟ ਮੋਟਰਸਾਈਕਲ ਜੋ ਕਿ ਗੋਰਿਆਂ ਦੇ ਸਮੇਂ ਦੇ ਵਿੱਚ ਚੱਲਦੇ ਸੀਗੇ, ਇੱਕ ਡਰਾਈਵਰ ਔਰ ਨਾਲ ਬੈਠਣ ਵਾਸਤੇ, ਔਰ ਪਿੱਛੇ ਦੇਖੋ ਤੁਸੀਂ ਟਰੋਲੀ ਵੀ ਲੱਗੀ ਹੋਈ ਆ। ਇਹ ਆ ਗਈ ਜੀ ਆਪਣੀ ਵਿਲੀ ਜੀਪ ਜਿਹੜੀ ਧਰਮਿੰਦਰ ਵਾਲੀ ਹੁੰਦੀ ਸੀਗੀ ਜੀ ਛੋਟੇ ਹੁੰਦੇ, ਇਹ ਵੀ ਆਪਾਂ ਆਪਣੀ ਪੁਰਾਣੀ ਬੋਲੀਵੁੱਡ ਮੂਵੀਜ਼ 'ਚ ਕੋਮਨ ਹੀ ਦੇਖੀਆਂ ਆ। ਸੋ 1942 ਮਾਡਲ ਆ ਜੀ, ਇਹ ਓਰੀਜਨਲ ਵਿਲੀ ਜੀਪ ਆ ਜੀ ਐਜ਼ ਇਟ ਇਜ਼, ਉਸ ਟਾਈਮ 'ਤੇ ਜਿਹੜੀਆਂ ਇੱਦਾਂ ਹੁੰਦੀਆਂ ਸੀਗੀਆਂ। ਤੁਸੀਂ ਇਸ ਗੱਡੀ ਮੈਨੂੰ ਵੇਖੋ ਜ਼ਰਾ ਧਿਆਨ ਨਾਲ ਕਿ ਇਹਦੀ ਸ਼ੇਪ ਜਿਹੜੀ ਆ ਜੀ ਉਹ ਸ਼ਿਪ ਦੀ ਤਰ੍ਹਾਂ ਬਣਾਈ ਹੋਈ ਆ, ਕਿਉਂਕਿ ਜਿਹੜੀ ਇਹ ਗੱਡੀ ਆ ਜੀ ਇਸ ਨੂੰ ਤੁਸੀਂ ਪਾਣੀ 'ਚ ਵੀ ਚਲਾ ਸਕਦੇ ਸੀਗੇ ਔਰ ਤੁਸੀਂ ਮਤਲਬ ਰੋਡ 'ਤੇ ਵੀ ਚਲਾ, ਮਤਲਬ ਇਹ ਗੱਡੀ ਜਿਹੜੀ ਆ ਜੀ ਉਹ ਪਾਣੀ ਵਾਲੀ ਬੱਸ ਯੂ ਨੋ, ਇਹਨੂੰ ਵੇਖ ਕੇ ਮੈਨੂੰ ਪੰਜਾਬ ਦੀ ਪਾਣੀ ਵਾਲੀ ਬੱਸ ਯਾਦ ਆ ਗਈ ਜਿਹੜੀ ਉਹ ਬਾਦਲਾਂ ਨੇ ਚਲਾਈ ਸੀਗੀ। ਖੈਰ, ਸੋ ਸ਼ਿਪ ਦੀ ਤਰ੍ਹਾਂ ਇਹਦਾ ਫੇਸ ਆ ਔਰ ਨੀਚੇ ਟਾਇਰ ਆ। ਸੋ ਦੋਨੋਂ ਜਗ੍ਹਾ 'ਤੇ ਉਸ ਟਾਈਮ 'ਤੇ ਜਿਹੜੇ ਆਰਮੀ 'ਚ ਖਾਸ ਕਰਕੇ ਉਸ ਟਾਈਮ 'ਤੇ ਯੂਜ਼ ਕਰਦੇ, ਇੱਕ ਬੜੀ ਹੀ ਵਧੀਆ ਚੀਜ਼ ਜਿਹੜੀ ਕਿ ਅੱਜ ਕੱਲ੍ਹ ਆਪਣੇ ਇੰਡੀਆ 'ਚ ਔਰ ਸਪੈਸ਼ਲੀ ਮੰਤਰੀਆਂ ਤੰਤਰੀਆਂ ਕੋਲ ਬਹੁਤ ਹੀ ਫੇਮਸ ਆ ਜੀ ਗੱਡੀ ਉਹ ਵਾਲੀ ਲੈਂਡ ਕਰੂਜ਼ਰ। ਸੋ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਆ ਜੀ 1966 ਮਾਡਲ ਆ ਜੀ ਲੈਂਡ ਕਰੂਜ਼ਰ ਦੀ, ਸਭ ਤੋਂ ਪੁਰਾਣਾ ਵਰਜ਼ਨ ਆ ਜੀ ਇਹ ਔਰ ਟਿਓਟਾ ਦਾ ਇਹ, ਤੁਸੀਂ ਦੇਖ ਸਕਦੇ ਹੋ ਅੱਗੇ ਸਾਈਨ ਲੱਗਾ ਔਰ ਇਹ ਲੈਂਡ ਕਰੂਜ਼ਰ ਆ ਜੀ ਜਿਹੜੀ ਸਟਾਰਟਿੰਗ ਦੇ ਵਿੱਚ ਆਉਣੀ ਸਟਾਰਟ ਹੋਈ ਸੀਗੀ ਔਰ ਤੁਸੀਂ ਦੇਖੋ ਵੀ ਉਸ ਟਾਈਮ 'ਤੇ ਇਹਦੀ ਸ਼ੇਪ ਕੁਛ ਇਸ ਤਰ੍ਹਾਂ ਦੀ ਆਉਂਦੀ ਸੀਗੀ ਔਰ ਇਹ ਲੈਂਡ ਕਰੂਜ਼ਰ ਆ ਜੀ ਔਰ ਇਹਦੇ ਨਾਲ ਹੀ ਲੱਗੀ ਲੈਂਡ ਰੋਵਰ ਜਿਹੜੀ ਕਿ ਰੇਂਜ ਰੋਵਰ ਵਾਲਿਆਂ ਦੀ ਅੱਜ ਕੱਲ੍ਹ ਆ ਰਹੀ ਆ। ਸੋ ਤੁਸੀਂ ਦੇਖੋ ਵੀ ਜਦੋਂ ਰੇਂਜ ਰੋਵਰ ਵਾਲਿਆਂ ਨੇ ਆਪਣੀ ਮਤਲਬ ਮੈਨੂਫੈਕਚਰਿੰਗ ਸਟਾਰਟ ਕੀਤੀ ਸੀ ਸੀਰੀਜ਼ 1, ਤੁਸੀਂ ਇਹ ਦੇਖ ਸਕਦੇ ਹੋ ਲੈਂਡ ਰੋਵਰ 1949 ਸੀਰੀਜ਼ 1। ਸੋ ਇਹ ਸੀਰੀਜ਼ 1 ਆ ਜੀ ਲੈਂਡ ਰੋਵਰ, ਨਾਲ ਹੀ ਉਹਦੇ ਲੈਂਡ ਕਰੂਜ਼ਰ ਖਲੋਤੀ ਆ ਜੋ ਕਿ ਟਿਓਟਾ ਦੀ ਆ ਔਰ ਨਾਲ ਹੀ ਉਹਦੇ ਲੈਂਡ ਰੋਵਰ ਲੱਗੀ ਹੋਈ ਜੋ ਕਿ ਰੇਂਜ ਰੋਵਰ ਵਾਲਿਆਂ ਦੀ ਆ। ਸੋ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਗੱਡੀਆਂ ਦੋਨੋਂ ਸਟਾਰਟਿੰਗ 'ਚ ਆਈਆਂ ਸੀਗੀਆਂ ਇਹ ਕਿੱਦਾਂ ਦੀਆਂ ਸੀਗੀਆਂ। ਹੁਣ ਇੱਧਰੋਂ ਆਪਾਂ ਸਟਾਰਟ ਕਰਦੇ ਹਾਂ ਜੀ ਕੁਛ ਕੁ ਯੂਨੀਕ ਕੁਲੈਕਸ਼ਨਸ ਜਿਹੜੀਆਂ ਹਰ ਇੱਕ ਕੰਟਰੀ ਦੀ ਇੱਥੇ ਗੱਡੀ ਲੱਗੀ ਆ ਜੀ। ਸੋ ਇੱਥੋਂ ਸਟਾਰਟ ਕਰੀਏ ਜੇ ਆਪਾਂ ਤਾਂ ਇਹ ਗੱਡੀ ਦਾ ਨਾਮ ਹੈ ਜੀ ਰੇਮੰਡ ਐਂਡ 2003 ਮਾਡਲ ਆ ਜੀ ਇਹ ਔਰ ਇਹਦੇ ਵਿੱਚ ਸਪੈਸ਼ਲੀ ਜਿਹੜੀ ਉਹ ਖਾਸੀਅਤ ਆ ਜੀ ਉਹ ਇਹਦੇ ਉੱਤੇ ਤੁਸੀਂ ਚੈੱਕ ਕਰੋ ਲੱਗੇ ਹੋਏ ਇਹਦੇ ਸਪੀਕਰ। ਸੋ ਲਾਈਕ ਅਗਰ ਤੁਸੀਂ ਇਹਦੇ ਵਿੱਚ ਗਾਣੇ ਵਗੈਰਾ ਲਗਾਓ ਜਾਂ ਕੁਛ ਆ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਡੀ ਜੇ ਦੀ ਲੋੜ ਆ ਕਿਉਂਕਿ ਇੰਨੇ ਇੰਨੇ ਵੱਡੇ ਸਪੀਕਰ ਜਿਹੜੇ ਉੱਪਰ ਲੱਗੇ ਆ। ਸੋ ਇਸੇ ਤਰ੍ਹਾਂ ਅੱਗੇ ਅੱਗੇ ਚੱਲਦੇ ਹਾਂ ਜੀ, ਹਰ ਇੱਕ ਯੂਨੀਕ ਚੀਜ਼ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ। ਸੋ ਇਹ ਗੱਡੀ ਦੇਖੋ ਛੋਟੀ ਜਿਹੀ ਗੱਡੀ ਆ ਪਰ ਇਹ 'ਚ ਤੁਸੀਂ ਬੈਠ ਕੇ ਆਰਾਮ ਨਾਲ ਚਲਾ ਸਕਦੇ ਹੋ।
ਸੋ ਇਸੇ ਤਰ੍ਹਾਂ ਹੀ ਇੱਥੇ ਕਾਫੀ ਜਿਹੜੀਆਂ ਕਲੈਕਸ਼ਨਸ ਆ ਗੋਗੋ ਮੋਬਿਲ ਆ ਗੱਡੀ ਦਾ ਨਾਮ ਵੇਖੋ ਕਿੱਦਾਂ ਸੋਹਣਾ ਜੀ ਗੋਗੋ ਮੋਬਿਲ ਛੋਟੀ ਛੋਟੀਆਂ ਮਤਲਬ ਕਿਸੇ ਨੇ ਕੁਛ ਵੱਖਰਾ ਲਗਾਉਣ ਦੀ ਕੋਸ਼ਿਸ਼ ਕੀਤੀ ਹਰ ਇੱਕ ਕੰਟਰੀ ਨੇ ਆਪਣੀ ਆਪਣੀ ਇੱਥੇ ਚੀਜ਼ ਵੱਖਰੀ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਆ ਸੋ ਇੱਕ ਚੀਜ਼ ਹੋਰ ਆ ਜੀ ਆਪਣੀ ਨੈਨੋ ਵੀ ਇੱਥੇ ਲੱਗੀ ਹੋਈ ਆ ਜੀ ਜੋ ਕਿ ਟਾਟਾ ਦੀ ਆ ਸੋ ਤੁਸੀਂ ਪੜ੍ਹ ਸਕਦੇ ਹੋ ਉਰੇ ਟਾਟਾ ਨੈਨੋ 2009 ਸੋ ਇਸ ਨੂੰ ਵੀ ਇੱਥੇ ਤਾਂ ਲਗਾਇਆ ਗਿਆ ਸੀਗਾ ਬਿਕੋਜ਼ ਇਹ ਪਹਿਲੀ ਗੱਡੀ ਸੀ ਜਿਹਦੇ ਵਿੱਚ ਇਹਨਾਂ ਨੇ ਆਟੋ ਦਾ ਇੰਜਨ ਰੱਖ ਕੇ ਔਰ ਸਭ ਤੋਂ ਚੀਪ ਜਿਹੜੀ ਆ ਇੰਡੀਆ ਦੇ ਵਿੱਚ ਸਭ ਤੋਂ ਸਸਤੀ ਗੱਡੀ ਕਹਿ ਸਕਦੇ ਬਣਾਈ ਸੀਗੀ ਸੋ ਇਸੇ ਤਰ੍ਹਾਂ ਹੀ ਇੱਧਰ ਤੁਹਾਨੂੰ ਮੈਂ ਇੱਕ ਵਾਰੀ ਜਿਹੜਾ ਕੈਮਰਾ ਘੁਮਾ ਕੇ ਦਿਖਾ ਦਿੰਦਾ ਵੀ ਦੇਖੋ ਕਾਫੀ ਸਾਰੀ ਕਾਰ ਕੁਲੈਕਸ਼ਨ ਆ ਉਰੇ ਆਹ ਤੁਸੀਂ ਦੇਖ ਸਕਦੇ ਹੋ ਵੀ ਇਹ ਲੈਂਬਰਗਿਨੀ ਆ ਜੀ ਸੋ ਹੁਣ ਤਾਂ ਬਹੁਤ ਹੀ ਐਡਵਾਂਸ ਕਰ ਦਿੱਤੀ ਗਈ ਆ ਪਰ ਉਸ ਟਾਈਮ 'ਤੇ ਕੁਛ ਇਸ ਤਰ੍ਹਾਂ ਦੀ ਆਉਂਦੀ ਸੀਗੀ ਲੈਂਬਰਗਿਨੀ ਇਹਦਾ ਨਾਮ ਆ ਜੀ ਡਾਇਬਲੋ ਵੀ ਟੀ ਰੋਡਸਟਰ 1997 ਮਾਡਲ ਆ ਜੀ ਇਹ ਲੈਂਬਰਗਿਨੀ ਔਰ ਇੱਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਸਪੋਰਟਸ ਗੱਡੀਆਂ ਵਾਧੂ ਲੱਗੀਆਂ ਨੇ ਇਹ ਨੇ ਪੋਰਸ਼ ਜੋ ਕਿ 1985 ਮਾਡਲ ਆ ਸੋ ਉਸ ਟਾਈਮ 'ਤੇ ਜਦੋਂ ਸਪੋਰਟਸ ਸੀਰੀ ਸ਼ੁਰੂ ਹੋ ਗਈ ਸੀਗੀ ਇਹ ਉਦੋਂ ਦੀਆਂ ਗੱਡੀਆਂ ਨੇ ਐਂਡ ਆਹ ਦੇਖੋ ਤੁਸੀਂ ਮਰਸਡੀਜ਼ ਦੀ ਗੱਡੀ ਲੱਗੀ ਹੋਈ ਆ ਇਹਦਾ ਹਜੇ ਤੱਕ ਵੀ ਇਹਦੇ ਇੱਥੇ ਸਾਈਨ ਲੱਗਾ ਹੋਇਆ ਬਹੁਤ ਹੀ ਪੁਰਾਣਾ ਸੋ ਮਰਸਡੀਜ਼ ਔਰ ਇਹਦਾ ਇੰਜਨ ਦੇਖੋ ਤੁਸੀਂ ਇੱਥੇ ਪੜ੍ਹਦੇ ਆਪਾਂ ਇਹਦੇ ਬਾਰੇ ਉਹ ਇਹ 24,000 ਸੀਸੀ ਇੰਜਨ ਤੁਸੀਂ ਗੈਸ ਕਰ ਸਕਦੇ ਹੋ 800 ਸੀਸੀ ਦੀ ਮਰੂਤੀ ਆਉਂਦੀ ਇਹਦੀ ਜਿਹੜੀ ਕਪੈਸਿਟੀ ਹੈ ਜੀ ਉਹ ਤੁਸੀਂ ਪੜ੍ਹ ਸਕਦੇ ਹੋ 24,000 ਸੀਸੀ ਦਾ ਇਹ ਇੰਜਨ ਆ 6 ਸਿਲੰਡਰ ਇੰਜਨ ਆ ਜੀ ਇਹ ਔਰ ਇਹਦੇ ਵਿੱਚ ਜਿਹੜਾ ਸਾਰੀ ਇਹਦੀ ਆ ਇੱਥੇ ਤੁਸੀਂ ਪੜ੍ਹ ਸਕਦੇ ਹੋ ਬਾਕੀ ਮਤਲਬ 1000 HP ਇੰਜਨ ਇਹਦਾ ਸੋ ਮਰਸਡੀਜ਼ ਦਾ ਇਹ ਜਰਮਨੀ ਜਿਹੜਾ ਆ ਜੀ ਉਹ ਮੇੜਾ ਬ੍ਰਾਂਡ ਤੁਸੀਂ ਦੇਖੋ ਕਾਫੀ ਇਹਦੇ ਇੰਜਨ ਤੋਂ ਪਤਾ ਲੱਗ ਰਿਹਾ ਵੀ ਇਹ ਕਿੰਨਾ ਤਗੜਾ ਇੰਜਨ ਆ 24,000 ਸੀਸੀ ਦਾ ਇੰਜਨ ਬਹੁਤ ਹੀ ਪਾਵਰਫੁੱਲ ਇੰਜਨ ਆ ਬਹੁਤ ਹੀ ਜ਼ਿਆਦਾ ਚਲੋ ਅੱਗੇ ਚੱਲਦੇ ਹਾਂ ਹੌਲੀ ਹੌਲੀ ਦੇਖ ਸਕਦੇ ਹੋ ਇਹ ਆਲਮੋਸਟ ਸਾਰੀਆਂ ਲਗਜ਼ਰੀ ਕਾਰ ਆ ਜੀ ਆ ਮਰਸਡੀਜ਼ ਦੀ ਜੇਮਸ ਬੌਂਡ ਵਾਲੀ ਗੱਡੀ ਆ ਗਈ ਜੀ ਮਰਸਡੀਜ਼ ਬੈਂਜ਼ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 300 SL ਹੈਗੀ 1955 ਔਰ 2996 CC ਇਹਦਾ ਇੰਜਨ ਆ ਜੀ 6 ਸਿਲੰਡਰ ਪਰ ਲੁੱਕ ਕਾਫੀ ਸੋਹਣੀ ਹੈ ਇਹਦੀ ਜੇਮਸ ਬੌਂਡ ਵਾਲੀ ਗੱਡੀ ਇੱਥੇ ਇੱਕ ਹੋਰ ਚੀਜ਼ ਮੈਨੂੰ ਬੜੀ ਇੰਟਰਸਟਿੰਗ ਲੱਗੀ ਵੈਸੇ ਤਾਂ ਜਿੰਨੀਆਂ ਤੁਸੀਂ ਮੇਰੇ ਮਗਰ ਗੱਡੀਆਂ ਦੇਖ ਰਹੇ ਹੋ ਸਾਰੀਆਂ ਹੀ ਸਾਰੀਆਂ 'ਚ ਕੋਈ ਨਾ ਕੋਈ ਖੂਬੀ ਹੈਗੀ ਆ ਪਰ ਖੋ ਇਹਦੀ ਲੈਂਥ ਜਿਹੜੀ ਆ ਉਹ ਬਹੁਤ ਆ ਔਰ ਇਸ ਗੱਡੀ ਦਾ ਨਾਮ ਆ ਜੀ ਪਲਾਈਮਾਊਥ ਸੁਪਰਬਰਡ 7200 CC ਦਾ ਇਹਦਾ ਇੰਜਨ ਆ ਜੀ ਔਰ 1970 ਮਾਡਲ ਆ ਇਹ ਔਰ ਇਹਦੀ ਤੁਸੀਂ ਜਿਹੜੀ ਪਰਚੇਜ਼ਿੰਗ ਆ ਉਹਦੀ ਇਹ ਦੇਖੋ ਤੁਸੀਂ ਇਹਦੀ ਪਰਚੇਜ਼ਿੰਗ ਦੀ ਓਰੀਜਨਲ ਇਹਨਾਂ ਨੇ ਜਿਹੜੀ ਕਾਪੀ ਮਤਲਬ ਲਾਈ ਹੋਈ ਆ ਇੱਥੇ ਫਾਰਮੂਲਾ ਕਾਰ ਹਾਂ ਇਹਨਾਂ ਨੂੰ ਫਾਰਮੂਲਾ ਕਾਰਸ ਕਹਿੰਦੇ ਆ ਸੋ ਆਈ ਥਿੰਕ ਸੋ ਇਹ ਉਹ ਵਾਲੀਆਂ ਨੇ ਇਹਦੇ ਪਿੱਛੇ ਐਡੀ ਲੰਬੀ ਗੱਡੀ ਔਰ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਟਰਾਲੀ ਪਾਈ ਹੋਈ ਆ ਔਰ ਤੁਸੀਂ ਇਹਨੂੰ ਅੰਦਰੋਂ ਦੇਖੋ ਮਾੜਾ ਜਿਹਾ ਤੁਹਾਨੂੰ ਕੈਮਰੇ 'ਚ ਅਗਰ ਦਿਖ ਰਿਹਾ ਹੋਵੇ ਤਾਂ ਇਹ ਸਭ ਜਿਹੜੀਆਂ ਆ ਜੀ ਇਹ ਵਿੰਟੇਜ ਕਲੈਕਸ਼ਨ ਆ ਜੀ ਜੋ ਕਿ ਤੁਹਾਨੂੰ ਮਤਲਬ ਇਸੇ ਮਿਊਜ਼ੀਅਮ ਦੇ ਵਿੱਚ ਹੀ ਸਿਰਫ ਦੇਖਣ ਨੂੰ ਮਿਲਣਗੀਆਂ ਰੋਡ 'ਤੇ ਅੱਜ ਤੱਕ ਮੈਂ ਇਸ ਤਰ੍ਹਾਂ ਦੀ ਗੱਡੀ ਕਦੀ ਨਹੀਂ ਦੇਖੀ ਔਰ ਇਹ ਗੱਡੀ ਜਿਹੜੀ ਆ ਵਾਕਈ ਮੇਰੀ ਡ੍ਰੀਮ ਸੀਗਾ ਇਸ ਗੱਡੀ ਨੂੰ ਦੇਖਣਾ ਜੋ ਕਿ ਅੱਜ ਜਿਹੜੇ ਉਹ ਇਸ ਮਿਊਜ਼ੀਅਮ 'ਚ ਆ ਕੇ ਜਿਹੜੇ ਪੂਰੇ ਹੋ ਰਹੇ ਆ ਸੋ ਗੱਡੀਆਂ ਦੀ ਕਲੈਕਸ਼ਨ ਜਿਹੜੀ ਆ ਉਹ ਤਾਂ ਤੁਸੀਂ ਦੇਖ ਲਈ ਇੱਕ ਵਾਰੀ ਤੁਹਾਨੂੰ ਮੈਂ ਇੱਥੋਂ ਦਿਖਾ ਦਿੰਦਾ ਦੇਖੋ ਕਿੰਨੀਆਂ ਗੱਡੀਆਂ ਲੱਗੀਆਂ ਨੇ ਜਿਹੜੀਆਂ ਕਿ ਹੁਣ ਮੈਂ ਤੁਹਾਨੂੰ ਹਜੇ ਰੀਸੈਂਟਲੀ ਦਿਖਾਈਆਂ ਹੁਣ ਆਪਾਂ ਇਸ ਪਾਸੇ ਆ ਗਏ ਆ ਜੀ ਇੱਧਰ ਸਾਰੀਆਂ ਇਹ ਪੁਰਾਣੇ ਟਾਈਮ ਦੀਆਂ ਜਿੰਨੀਆਂ ਬਾਈਕਸ ਆ ਉਹ ਲੱਗੀਆਂ ਸੋ ਜਿਹੜੀਆਂ ਪੁਰਾਣੀ ਸੀਰੀਜ਼ ਤੋਂ ਲੈ ਕੇ ਸੋ ਇਹ ਤੁਹਾਨੂੰ ਦਿਖਾਉਂਦੇ ਆ ਜੀ ਸੋ ਇਹਦੀ ਸ਼ੁਰੂਆਤ ਹੁੰਦੀ ਆ ਜੀ ਇੱਥੋਂ ਸੋ ਇਹ ਆ ਜੀ ਤੁਸੀਂ ਤੁਹਾਨੂੰ ਅਗਰ ਦਿਖ ਰਿਹਾ ਹੋਏਗਾ ਕੈਮਰੇ ਦੇ ਵਿੱਚ ਤਾਂ 1980 ਮਾਡਲ ਆ ਜੀ ਇਹ ਸਾਈਕਲ ਦਾ ਸੋ ਇਹਦਾ ਟਾਇਰ ਦੇਖੋ ਤੁਸੀਂ ਕਿ ਕਿੱਡਾ ਵੱਡਾ ਟਾਇਰ ਆ ਔਰ ਪਿਛਲਾ ਟਾਇਰ ਨਿੱਕਾ ਜਿਹਾ ਪਿਛਲਾ ਟਾਇਰ ਆ ਸੋ ਕੁਛ ਇੱਥੇ 1883 ਜਿਹੜੇ 1883 ਦੇ ਜਿਹੜੇ ਇੱਥੇ ਲੱਗੇ ਹੋਏ ਆ ਸਾਈਕਲ ਵੀ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਇੱਥੋਂ ਅਗਰ ਤੁਹਾਨੂੰ ਦਿਖਾਉਣੇ ਸ਼ੁਰੂ ਕਰਾਂ ਤਾਂ ਜਿੱਦਾਂ ਜਿੱਦਾਂ ਆਪਾਂ ਅੱਗੇ ਚੱਲੀ ਜਾਵਾਂਗੇ ਸੀਰੀਜ਼ ਚੇਂਜ ਹੁੰਦੀ ਜਾਊਗੀ ਸੋ ਇਹ ਸਕੂਟਰ ਆ ਗਏ ਜੀ ਪੁਰਾਣੇ ਜਿਹੜੇ ਉਸ ਟਾਈਮ 'ਤੇ ਸਕੂਟਰ ਆਉਂਦੇ ਸੀਗੇ ਇੱਥੇ ਆ ਆਪਣੇ ਇੰਡੀਆ ਦੇ ਜਿਹੜੇ ਯਾਮਾ ਜਾਂ ਸਜ਼ੂਕੀ ਦੇ ਜਿਹੜੇ ਮੋਟਰਸਾਈਕਲ ਆਉਂਦੇ ਸੀ ਉਹ ਵੀ ਕੁਛ ਲੱਗੇ ਹੋਏ ਆ ਇੱਥੇ ਆ ਕੇ ਸ਼ੁਰੂ ਹੋ ਜਾਂਦੇ ਆ ਜੀ ਇਹ ਸ਼ੋਅ ਵਾਲੇ ਬਾਈਕਸ ਜਿਹੜੇ ਕਿ ਲਾਈਕ ਪੁਰਾਣੇ ਟਾਈਮ 'ਚ ਪੁਲਿਸ ਵਾਲੇ ਜਾਂ ਦੂਸਰੇ ਬੰਦੇ ਯੂਜ਼ ਕਰਦੇ ਹੁੰਦੇ ਸੀਗੇ ਰੇਸਿੰਗ ਰੂਸਿੰਗ ਵਾਸਤੇ ਜਾਂ ਪੁਲਿਸ ਵਾਲਿਆਂ ਦਾ ਪੁਰਾਣਾ ਮੋਟਰਸਾਈਕਲ ਜਿਹੜਾ ਹੈ ਜੀ BMW ਦਾ ਉਹ ਵੱਲੇ ਮੇਰੇ ਲੱਗ ਗਿਆ ਦੇਖੋ ਜੀ ਲਾਈਟ ਜਗ ਵੀ ਇਹਦੀ ਔਰ ਪਿੱਛੋਂ ਉਹ ਵੀ ਘੁੰਮਣ ਲੱਗ ਪਿਆ ਇਹ ਵੀ ਜਗਦੀ ਹੋਊਗੀ ਨਹੀਂ ਇਹ ਨਹੀਂ ਜਗਦੀ ਹਾਰਲੇ ਡੇਵਿਡਸਨ ਜੀ 2002 ਮਾਡਲ
देखो कुछ इस तरह का उदो आता है। ये अगे आ जी बल्ले लुक देखो तुम ए मोटरसाइकिल की किड्डी तगड़ी यदि लुक बनाई हुई इन्होंने। आ देखो जी पॉपकॉर्न वैगन जेडे ज पॉपकॉर्न वाली जी वैन है जी इस तरह की आँदी सी पुराने टाइम च। अजक तो चलो रेहड़ियाँ वगैरह होर भी बहुत कुछ आ गया सो उस टाइम तो कुछ इस तरह की पॉपकॉर्न वैन जी है जी घर या गलिया शहर जा हूँ इतों तुम देख सकते हो भी जेडे आ सारे आ जी आ सारे लाइक अपने वक्रे वक्रे ब्रांड आ पर काइंड ऑफ अपने जो बुलेट की शेप आप इन्हों कह लीदा आ जी जे इंडिया रॉयल एनफील्ड आता कुछ उस तरह के ने सब इन्हों लुक काफ़ी सिमिलर आ। देखो इतने ईवन के खो रॉयल एनफील्ड का लगा भी होया मोटरसाइकिल रॉयल एनफील्ड का जोड़ा आ जी ये देख सकते हो भी इतने इतने मैं तुम्हें पढ़ा लगा हुआ रॉयल एनफील्ड का 1915 मॉडल लगा हुआ है 425 सीसी इंजन है जी ये ट्विन सिलेंडर और दो स्पीड विच गेयरबॉक्स है जी सो 425 सीसी हूँ तो 350-500 इदा आ गए है ना उस टाइम तो 425 सीसी का जो रॉयल एनफील्ड आता सी। सो तुम इस पास सारा ही देखा भी बाइक की कलैक्शन एंड अगर तुहानू इधरले पासे दिखाया जाए तो सारा ही जड़ा है जी ये गड्डिया की इत्थे कलैक्शन लगी आ। हाँ जी भी इत्थे बेसमेंट के होर भी ज़्यादा कार कलैक्शन आ मैनू तो लगा ही उपर जो कि तुम हमने कैमरे के देखा कि बाइक्स एंड कार कलैक्शन पर इत्थे तुसी नीचे भी देख सकते हो भी काफ़ी सारिया कार्स जिहड़ियां लगियां। एक चीज़ आ देखो जी भी इत्थे लगा हुआ जो सुजुकी का वो लगा हुआ आटो रिक्शा एक कुछ इस तरह का पहला आता सीगा जी इधर मोटरसाइकिल एक तरह का इन्होंने वाड़िया होया तो ये बाकी बैठन इस तरह जी दो सवारियां इतने बह जानियाँ तो बाकी जी दो पिछे सो मतलब चार पांच बंदे जेडे इस आटो रिक्शा उस टाइम पर बैठ सकते थे। सो केड़ा मॉडल है जी ये 1960 मॉडल है। अगे वधदे आ जी अगे तुहानू होर भी दो चार चीज़ा यूनीक आ तुहानू वह भी दिखाने जिपनी आ जो कि जिन्हों अपने इंडिया उत्थे कुड़के वांगू बना के रखते हैं और भूंड होर भी बहुत कुछ कह देंगे आ। सो 1980 मॉडल है जी ये जिपनी तो बहुत ही वधिया तरीके तैयार किया और ये अगर मैं समझ नहीं आई भी इन्ना कुछ लाने का की मतलब बनता भी किन्ने बड़े शीशे और तीन चार घोड़े लगाए हुए हैं पर तुम देख सकते हो भी ये पुराने टाइम की एंबूलेंस अंदरों तो आप नहीं दिखा सकते पर 1974 की जी एंबूलेंस है कुछ इस तरह की आँदी सी। सो पुराने समय की टैक्सी वेखो जी चैकर नाम है यदा और 1966 3700 सीसी 3700 इंजन सीसी जड़ा है जी यदा सिक्स सिलेंडर इतने लगी हुई है जी ये टैक्सी तुसी देख सकते हो भी पुराने मॉडल वाली और उस टाइम तो कुछ इस तरह की लुक होंगी सी। इधरले पासे तुसी देख सकते हो ये आ गई जी इंजन जो कि पुराने टाइम के जेडे रेल वाले इंजन है जी वो होंगे सी अपने किस तरह के कुछ सीए। आ देखो यदि लुक तुसी भी आ नीचे लोहे का यदा टायर आ। सो आ इधर देखो जी फायर ब्रिगेड वाली गड्डी पुराने टाइम के कुछ इस तरह की आँदी सी। आ देखो पुराने टाइम के जिन्निया फायर ब्रिगेड वाली गड्डिया जिहड़ियां किन्ने मतलब कह लो भी इन्हां दे वड्डे वड्डे मूँह आ जी 1920 के जी फायर ब्रिगेड वाली गड्डी यूज़ की जाती सी। इंजन देखदा मैं यदा इंजन इतने इन्होंने शो नहीं किया सीधा लिखा पेट्रोल इलैक्ट्रिक हाइब्रिड। अच्छा जोड़ा ये इंजन है जी हाइब्रिड आ पेट्रोल इलैक्ट्रिक हाइब्रिड इन्होंने इंजन बनाया बहुत ही वधिया उस टाइम तो हाइब्रिड जी इन्होंने जी टेक्नोलॉजी यूज़ की सी इस फायर ब्रिगेड वाले ट्रक के। सो काफ़ी सारे ये मॉडल्स इतने अवेलेबल आ देख सकते हो तुम भी डिफरेंट डिफरेंट टाइप के भी। सो ये जी साडा अज का व्लॉग जिहड़ा कि तुसीं देखिया विंटेज कारा दे उपर। सो उम्मीद करदा हां अज का व्लॉग तुहानूं वधिया लग्गिया होएगा। अगर तुसीं कार लवर हो इस म्यूजियम च जरूर विजिट करो जो कि वेलिंगटन दे पैरापैरामाउंट दे विच आ। मैं लोकेशन का जिहड़ा इहदा एड्रैस है जी वह मैं नीचे मैनशन कर दूंगा। सो कमेंट करके जरूर दस्सिओ तुहानूं अज का व्लॉग किदां दा लग्गिया। मिलदे हां जी जल्दी तुहानूं एक नवें व्लॉग दे विच एक नवीं लोकेशन ते एक नवें व्लॉग दे नाल। तद तक देखदे रहो सेठी व्लॉग्स। धन्नवाद सत श्री अकाल। Thank you.